ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ त्रितत मणयो राम रघवंश कहयो द्वापर कृष्ण मुरार कंस किरतारथ कियो ओगर सैन को राज ਆਪੈ ਭਗਤ ਹੈ ਜਨ ਦੀਓ ਕਾਲ ਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪ੍ਰਤਖ ਗੁਰੂ ਨਿਸਤਾਰੇ ਸਜਣ ਸਚਾ ਪਾਤ ਸਾਹੋ ਸਿਰਸਾ ਹਾਦੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋਵ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟਿਐ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ 3 ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰ ਤਾ ਬੂਝ ਪਾਈ ਸੋ ਗੁਰ ਸੋ ਸਿੱਖ ਹੈ ਭਾਈ ਜੇਸੂ ਜੋਤੀ ਜੋਤ ਮਿਲਾਏ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰ ਤਾ ਬੂਝ ਪਾਈ ਸੋ ਗੁਰ ਸੋ ਸਿੱਖ ਹੈ ਭਾਈ ਜੇਸੂ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਈ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਈ ਰਹਾਉ ਬੇਨ ਗੁਰ ਪ੍ਰੀਤ ਨਾ ਉਪਜੈ ਭਾਈ ਮਨ ਮੁਖ ਦੂਜੈ ਭਾਈ ਤੋ ਗਟਹਿ ਮਨਮੁਖ ਕਰਮ ਕਰਹਿ ਭਾਈ ਬਲੈ ਕਿਛੂ ਨ ਪਾਈ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਜੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਭਾਈ ਗੁਰ ਕਾ ហេਤ ਅਪਾਰ ਆਇਆ ਸੋ ਪਰਵਾਣ ਹੈ ਭਾਈ ਜੀ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਇ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਈ ਨਾਨਕ ਨਾਮ ਹਰਪਾਈਐ ਭਾਈ ਗੁਰ ਸਬਦੀ ਮੇਲਾਏ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਵਾਰਿਓ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਿਨੇਮਰ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰ ਰਹੇ ਹੋ ਪੱਲਿਆਂ ਦੇ ਸ਼੍ਰੋਮਣੀ ਜਿਨ੍ਹਾਂ ਦੀ ਪਾਵਨ ਪਵਿੱਤਰ ਮਹਿਮਾ ਗੁਰਬਾਣੀ ਦੇ ਵਿੱਚ ਗਾਇਨ ਕੀਤੀ ਗਈ ਹੈ ਕਨਹਰ ਬੂੰਦ ਬਸੋ ਰੋ ਮਾਵਲ Kusum ਬਸੰਤ ਗਨੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨਾਂ ਹੈ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਐਸੇ ਸਤਿਗੁਰੂ ਧੰਨ ਗੁਰੂ ਅਮਰਦਾਸ ਹੈ ਮਹਾਰਾਜ ਜਿਨ੍ਹਾਂ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਦੋ ਤੁਕਿਆਂ ਵਾਲਾ ਪਾਵਨ ਪੀਤਰ ਸ਼ਬਦ ਉਚਾਰਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਨੇ ਸੇਵਾ ਦੀ ਮਹਿਮਾ ਕਰਦੇ ਨੇ ਅਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਮਹਿਮਾ ਗਾਇਨ ਕਰਦੇ ਨੇ ਇਹ ਗੁਰੂ ਨੂੰ ਮਿਲਨ ਦਾ ਲਾਭ ਕੀ ਹੈ ਤਾਂ ਆਪ ਕਿਰਪਾ ਕਰਦੇ ਹੋਏ ਪਵਿੱਤਰ ਬਚਨ ਉਚਾਰਨ ਕਰਦੇ ਨੇ ਸਤਿਗੁਰੂ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਜਿਹੜੇ ਵੀ ਸਤਿਗੁਰੂ ਨੂੰ ਮਿਲਦੇ ਨੇ ਗੁਰੂ ਧਾਰਨ ਕਰਦੇ ਨੇ ਉਨ੍ਹਾਂ ਦੀ ਨਿਸ਼ਾਨੀ ਇਹ ਹੈ ਕਿ ਸੰਸਾਰ ਵੱਲੋਂ ਉਨ੍ਹਾਂ ਦੀ ਸੁਰਤੀ ਬਿਰਤੀ ਜਿਹੜੀ ਹੈ ਉਹ ਪਛਾਣ ਮੜ ਆਉਂਦੀ ਹੈ। ਵਕਾਰਾਂ ਵੱਲੋਂ ਉਨ੍ਹਾਂ ਦਾ ਮਨ ਜਿਹੜਾ ਹੈ ਉਹ ਪਿੱਛੇ ਹੋ ਜਾਂਦਾ ਹੈ। ਔਰ ਜਿਵੇਂ ਗੁਰਮਤਿ ਦੇ ਵਿੱਚ ਸ਼ਬਦ ਦੀ ਬੜੀ ਮਹਾਨਤਾ ਹੈ ਵੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਨੇ ਵੀ ਮਰਦਾ ਹੋਏ ਮਰੀਦ ਤਾ ਗੌਰ ਗੌਰ ਸਮਾਵੈ ਇੱਥੇ ਗੁਰੂ ਸਾਹਿਬ ਦੀ ਉਦਾਹਰਣ ਵੈਸੇ ਕਬਰ ਦੇ ਨਾਲ ਕੀਤੀ ਗਈ ਹੈ ਹਾਲਾਂਕਿ ਸਿੱਖ ਧਰਮ ਕਬਰਾਂ ਨਹੀਂ ਮੰਨਦਾ ਪੂਜਦਾ ਸਿਰਫ ਇੱਕ ਐਗਜ਼ੈਂਪਲ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਿੱਖਿਆ ਲੈਣ ਵਾਸਤੇ ਮਹਾਰਾਜ ਨੇ ਕੋਈ ਵਿਦਕਰਾਂ ਨਹੀਂ ਕੀਤਾ ਹਰ ਮਾਂ ਪੁਰਸ਼ ਦੀ ਉਦਾਹਰਣ ਦਿੱਤੀ ਉਹ ਭਾਵੇਂ ਕਿਸੇ ਹੋਰ ਦਾ ਹੋਰ ਧਰਮ ਦਾ ਰਹਿਬਰ ਹੈ ਭਾਵੇਂ ਉਹਨਾਂ ਦੇ ਨਾਲ ਸਾਡੇ ਅਸੂਲ ਨਹੀਂ ਵੀ ਰਲਦੇ ਪਰ ਸਿੱਖਿਆ ਲੈਣ ਵਾਸਤੇ ਉਦਾਹਰਣ ਦਿੱਤੀ ਗਈ ਨਹੀਂ ਤੇ ਇਸ ਤਰ੍ਹਾਂ ਦੀ ਗਲਤ ਨਹੀਂ ਵੀ ਭਾਈ ਗੁਰਦਾਸ ਸਾਹਿਬ ਨਾਲੋਂ ਸਾਨੂੰ ਵਾਧਾ ਕਲਾ ਤੇ ਜੇ ਕੋਈ ਇਦਾਂ ਸੋਚੇ ਤੇ ਫਿਰ ਸਭ ਤੋਂ ਵੱਡਾ ਬੇਅਕਲ ਵੀ ਉਹ ਹੀ ਹੋਊਗਾ ਜਿਹੜਾ 300 400 ਸਾਲ ਬਾਅਦ ਜੰਮ ਕੇ ਕਹਿਣ ਡਿਆ ਵੀ ਭਾਈ ਗੁਰਦਾਸ ਗਲਤ ਲਿਖ ਗਿਆ ਮੇਰੇ ਦਿਮਾਗ 'ਚ ਅੱਜ ਸਵੇਰੇ-ਸਵੇਰੇ ਆਇਆ ਵੀ ਮੈਂ ਹੀ ਸਹੀ ਹਾਂ ਤਾਂ ਰਾਜੇ ਜਨਕ ਦੀ ਉਦਾਹਰਨ ਵੀ ਦਿੱਤੀ ਹੈ ਭਗਵਾਨ ਕ੍ਰਿਸ਼ਨ ਦੇ ਸਰੀਰ ਛੱਡਣ ਦੀ ਉਦਾਹਰਨ ਵੀ ਦਿੱਤੀ ਹੈ ਸਤ ਸੰਗਤ ਦੀ ਮਹਾਨਤਾ ਦਰਸਾਉਣ ਵਾਸਤੇ ਮਹਾਤਮਾ ਸੁਖਦੇਵ ਦੀ ਉਦਾਹਰਣ ਵੀ ਦਿੱਤੀ ਹੈ। ਵਾਹਿਗੁਰੂ ਤੇ ਭਰੋਸਾ ਰੱਖ ਤੇਰੀ ਰੱਖਿਆ ਕਰੂਗਾ ਦ੍ਰੋਪਤੀ ਦੀ ਉਦਾਹਰਣ ਵੀ ਦਿੱਤੀ ਹੈ। ਹੁਣ ਆਲਾ ਕੇ ਜਿਹੜੇ ਅਸੂਲ ਨੇ ਉਹਨਾਂ 'ਚ ਫਰਕ ਹੈ। ਗੁਰਮਤ ਜਿਹੜੀ ਹੈ ਉਹ ਨਿਰਆਕਾਰ ਨੂੰ ਮੰਨਦੀ ਹੈ। ਅੱਛਾ ਸ਼ਬਦ ਸਾਰੇ ਸਾਕਾਰਤ ਵਾਲੇ ਵਰਤੇ ਨੇ ਹਰੀ, ਰਾਮ ਭਗਤ ਵਦਛਲ ਜਨਾਰਦਨ ਬੜੇ ਬੜੇ ਸ਼ਬਦ ਨੇ ਕਰਤਾਰ ਪਰ ਉਪਾਸ਼ਨਾ ਸਾਰੀ ਬੰਦਗੀ ਸਾਰੀ ਨਿਰਾ ਕਰਦੀ ਐ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਪਿੰਨ ਤਿਸਹਿ 부ਝਾਏ ਨਾਨਕਾ ਜਿਸ ਹੋਵੇ ਸੋ ਤਾਂ ਭਾਈ ਸਾਹਿਬ ਉਦਾਹਰਨ ਦਿੰਦੇ ਨੇ ਕਿ ਦੇਖੋ ਭਈ ਕਬਰ ਦੇ ਵਿੱਚ ਜਿਉਂਦੇ ਜੀ ਤੇ ਕੋਈ ਜਾਂਦਾ ਨਹੀਂ ਆ ਕੋਈ ਹੈ ਦੁਨੀਆ 'ਚ ਇਸ ਤਰ੍ਹਾਂ ਦਾ ਜਿਹੜਾ ਸਰੀਰ 'ਚ ਜਾਨ ਵੀ ਹੋਵੇ ਪ੍ਰਾਣ ਵੀ ਹੋਣ ਸਵਾਸ ਚੱਲਦੇ ਹੋਣ ਤੇ ਕਵੇ ਵੀ ਮੇਰਾ ਜਿਉਂਦੇ ਜੀ ਸੰਸਕਾਰ ਕਰ ਦੋ ਜਾਂ ਜਿਉਂਦੇ ਜੀ ਕਬਰ ਦੇ ਵਿੱਚ ਮੈਨੂੰ ਪਾ ਦੋ ਬੰਦ ਕਰ ਦੋ ਮਿੱਟੀ ਪਾ ਦੋ ਤਾਂ ਆਪ ਜੀ ਬੜਾ ਸੁੰਦਰ ਦ੍ਰਿਸ਼ਟਾਂ ਦਿੰਦੇ ਆ ਵੀ ਕਬਰ ਦੇ ਵਿੱਚ ਥਾਂ ਤਾਂ ਮਿਲੇਗੀ ਜੇ ਮਰਦਾ ਹੋਵੇਗਾ ਇਸੇ ਤਰ੍ਹਾਂ ਰੱਬ ਦੇ ਘਰ ਚ ਥਾਂ ਤਾਂ ਮਿਲੇਗੀ ਜੇ ਤੇਰਾ ਮਨ ਦੁਨੀਆ ਵੱਲੋਂ ਮਰਿਆ ਹੋਵੇਗਾ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਭਾਈ ਡੱਲੇ ਨੂੰ ਕਿੱਡਾ ਵੱਡਾ ਸਰਦਾਰ ਸੀ ਚੌਧਰੀ ਸੀ ਜਦੋਂ ਸਿੱਖਾਂ ਦਾ ਸਿੱਧਕ ਦੇਖਿਆ ਤਾਂ ਪਹਿਲਾਂ ਤਾਂ ਨਹੀਂ ਸੀ ਇਸ ਤਰ੍ਹਾਂ ਦੀ ਗੱਲ ਵੀ ਮਹਾਰਾਜ ਤੋਂ ਸੱਚ ਖਾਣ ਵਾਲੀ ਥਾ ਮੰਗਾ ਪਰ ਜਦੋਂ ਬਾਈ ਗੁਰਮੁਖ ਪਿਆਰੇ ਬਾਈ ਭਾਈ ਧੀਰ ਸਿੰਘ ਭਾਈ ਵੀਰ ਸਿੰਘ ਵਰਗੇ ਦੇਖੇ ਨੇ ਫਿਰ ਮਨਚਾ ਚਾ ਪੈਦਾ ਹੋਇਆ ਕਿ ਡੱਲਿਆ ਬਾਦਸ਼ਾਹੀ ਨਹੀਂ ਮੰਗਣੀ ਹੈ ਬਾਦਸ਼ਾਹੀ ਸਰਦਾਰ ਸੀ ਪਿੰਡਾਂ ਦਾ ਚੌਧਰੀ ਸੀ ਤੇ ਦੇਖਿਆ ਸੀ ਚੌਧਰ ਪੁਣਾ ਸੁਖ ਮਹਿਲ ਮਾੜੀਆਂ ਤਾਂ ਫਿਰ ਕੀ ਮੰਗਿਆ ਸੱਚਖਣ ਦੀ ਥਾਂ ਮੰਗੀ ਤਾਂ ਸੱਚਖਣ ਦੀ ਥਾਂ ਤੇ ਤਾਂ ਹੀ ਮਿਲੇਗੀ ਨਾ ਜੇ ਕੋਈ ਆਪਣਾ ਮਨ ਮਾਰੇਗਾ ਕੋਈ ਆਪਣੀ ਵਾਸ਼ਨਾ ਮਾਰੇਗਾ ਕੋਈ ਸੰਸਾਰ ਦੇ ਲੋਭ ਲਾਲ ਚ ਛੱਡਣ ਦਾ ਯਤਨ ਕਰੇਗਾ ਗੁਰੂ ਸਾਹਿਬ ਜੀ ਤਰਸ ਕਰਨਗੇ ਆ ਸੇਵਾ ਸਿਮਰਨ ਕਰਨ ਵਾਲਿਆਂ ਨੂੰ ਮਿਲਦਾ ਤੇ ਜ਼ਰੂਰ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਵੀ ਨਹੀਂ ਮਿਲਦਾ ਇਸੇ ਤਰ੍ਹਾਂ ਦਾ ਹੀ ਇੱਕ પ્રસੰਗ ਯਹੂਦੀਆਂ ਦੇ ਵਿੱਚ ਵੀ ਆਉਂਦਾ ਵੀ ਜਿਹੜੇ حضرت موسی ਸੀ ਉਹ ਜਦੋਂ ਬਣੀ ਇਜ਼ਰਾਈਲ ਨੂੰ ਆਪਣੇ ਪੈਰੋਕਾਰਾਂ ਨੂੰ ਲੈ ਕੇ ਗਏ ਤਾਂ ਸਾਖ ਸ਼ਾਦ ਪਰਤਖ ਉਹਨਾਂ ਨੂੰ ਰੱਬ ਦੀ ਆਵਾਜ਼ ਆਉਂਦੀ ਸੀ ਇੱਧਰ ਦੀ ਜਾ ਇੱਧਰ ਦੀ ਜਾ ਵੀ ਤੈਨੂੰ ਉਥੇ ਪਚਾ ਕੇ ਸਾਹ ਲਊਗਾ ਜਿਹੜੀ ਥਾਂ ਤੁਹਾਡੇ ਵਾਸਤੇ ਰੱਖੀ ਆ ਜਿਹੜੇ ਰੱਬ ਤੇ ਯਕੀਨ ਕਰਦੇ ਉਹਨਾਂ ਵਾਸਤੇ ਸਪੈਸ਼ਲ ਥਾਂ ਰੱਖੀ ਆ ਇੱਥੇ ਵੀ ਰੱਖੀ ਆ ਤੇ ਉੱਥੇ ਵੀ ਰੱਖੀ ਆ ਇਥੋਂ ਦਾ ਦ੍ਰਿਸ਼ਟਾਂਤ ਬੜਾ ਸੋਹਣਾ ਹੈ ਤੇ ਜਿਹੜਾ ਅਗਲਾ ਲੋਕ ਹੈ ਉਹ ਤਾਂ ਫਿਰ ਕੋਈ ਨਾਮ ਦੀ ਕਮਾਈ ਵਾਲਾ ਜਾਣਦਾ ਹੋਵੇਗਾ ਵੀ ਸੱਚਖੰਡ ਦੇ ਵਿੱਚ ਨਿਵਾਸ ਕਿਹੋ ਜਿਹਾ ਹੈ ਤਾਂ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰੇ ਜਾਂਦੇ ਸੀ ਪਰ ਆਹ ਭੁੱਲ ਗਏ ਬੜੇ ਹੈਰਾਨ ਹੋਏ ਵੀ ਮਹਾਰਾਜ ਤੇ ਨਾਲ ਸੀ ਤੇ ਰਾਹ ਕਿਦਾਂ ਭੁੱਲ ਗਏ ਪਰਮਾਤਮਾ ਤੇ ਨਾਲ ਸੀ ਤੇ ਜੇ ਪਰਮਾਤਮਾ ਵੀ ਨਾਲ ਹੋਵੇ ਤੇ ਫੇਰ ਵੀ ਰਾਹ ਭੁੱਲੇ ਇਹ ਗੱਲ ਸਮਝਦੇ ਦੇ ਵਿੱਚ ਨਹੀਂ ਆਉਂਦੀ ਬਈ ਤਾਂ ਖੁਦਾ ਦੀ ਆਵਾਜ਼ ਆਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਾਲ ਹੀ ਆ ਤੇਰੇ ਇੱਥੇ ਜਾਣ ਕੇ ਤੈਨੂੰ ਲੈ ਕੇ ਆਇਆ ਰਾਹ ਮੈਂ ਹੀ ਭੁਲਾਇਆ ਤੈਨੂੰ ਸ਼ਮਾਰਾਈ ਵੀ ਮੈਨੂੰ ਰਾਹ ਕਿਉਂ ਭਲਾਇਆ ਕਹਿੰਦੇ ਇੱਥੇ ਇੱਕ ਮੇਰਾ ਪਿਆਰਾ ਮਿੱਟੀ ਦੇ ਵਿੱਚ ਦੱਬਿਆ ਪਿਆ ਹੈ ਤੇ ਜਿਨੇ ਮੇਰੀ ਬੰਦਗੀ ਕੀਤੀ ਹੈ ਜਿਹੜਾ ਮੇਰੇ ਉਸੂਲਾਂ ਤੇ ਚੱਲਦਾ ਹੈ ਮੈਂ ਉਹਦਾ ਨਾਮ ਵੱਡਾ ਕਰਦਾ ਦੁਨੀਆ 'ਚ ਆਪਾ ਪੜਦੇ ਬੜੇ ਪ੍ਰੇਮ ਦੇ ਨਾਲ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਉਨ੍ਹਾਂ ਦੀ ਉਦਾਹਰਣ ਸੰਸਾਰ ਦਿੰਦਾ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਉ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਨੇ ਵੀ ਵਾਹਿਗੁਰੂ ਤੇ ਅਕੀਦਾ ਲਿਆਂਦਾ ਵਿਸ਼ਵਾਸ ਲਿਆਂਦਾ ਵਾਹਿਗੁਰੂ ਆਪ ਅਬਨਾਸੀ ਹੈ ਅਮਰ ਹੈ ਇਸ ਕਰਕੇ ਉਹਦਾ ਨਾਮ ਵੀ ਦੁਨੀਆ ਚ ਫਿਰਨਾ ਉਹ ਅਮਰ ਕਰਦਾ ਵੀ ਲੋਕ ਉਹਦੀ ਸਾਖ ਹੀ ਦੇਣ ਗਵਾਹੀ ਪਰਨ ਵੀ ਫਲਾਨੇ ਨੇ ਬੰਦਗੀ ਕੀਤੀ ਸੀ ਸਿੱਖਿਆ ਪ੍ਰਾਪਤ ਹੋਵੇ ਤਾਂ ਕਹਿੰਦੇ ਮਹਾਰਾਜ ਕੌਣ ਨੇ ਕਹਿੰਦੇ Hazrat Yusuf سپੁਰਦੇ ਖਾਕ ਚਾਂਦੀ ਦੇ ਤਬੂਤ ਵਿੱਚ ਬੰਦ ਕਰਕੇ ਉਹਦਾ ਸਰੀਰ ਰੱਖਿਆ ਗਿਆ ਹੈ ਪਰ ਸਮੇਂ ਦਾ ਹੇਰ ਫਿਰ ਇਸ ਤਰ੍ਹਾਂ ਦਾ ਹੋਇਆ ਵੀ ਉਹ ਜੋ ਉਹਨਾਂ ਦਾ ਮਾਣ ਸਤਿਕਾਰ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਪਾਇਆ ਪਰ ਮਹਾਰਾਜ ਕਿੱਥੇ ਭੁੱਲਦਾ ਮਹਾਰਾਜ ਦਾ ਤੇ ਨਾਮ ਜਪਿਆ ਸੀ ਮਹਾਰਾਜ ਦੇ ਨਾਮ ਕਰਕੇ ਤੇ ਅਗਲੇ ਨੂੰ ਖੂਜ ਸੁਟਿਆ ਸੀ ਵਾਹਿਗੁਰੂ ਦੇ ਯਕੀਨ ਕਰਨ ਕਰਕੇ ਤੇ ਅਗਲੇ ਨੂੰ ਜੇਲ੍ਹ ਚ ਬੰਦ ਰੱਖਿਆ ਨਹੀਂ ਤੇ ਉਹ ਵੀ ਵਿਆਹ ਚਲੋ ਬਾਅਦ ਚ ਹੋ ਵੀ ਗਿਆ ਕਰਾਈ ਸਕਦਾ ਸੀ ਪਹਿਲਾਂ ਮੰਨਿਆ ਹੀ ਨਹੀਂ ਕਹਿੰਦਾ ਨਹੀਂ ਕੋਈ ਮਤਲਬ ਹੀ ਜੇ ਖੁਦਾ ਕਹੂਗਾ ਤੇ ਕਰਾ ਲੂਗਾ ਜਿੱਥੇ ਦੁਨੀਆ ਦੇ ਵਿੱਚ ਸਭ ਤੋਂ ਸੋਹਣਾ ਸੀ حضرت ਯੂਸਫ ਉਥੇ ਨਾਲ-ਨਾਲ ਨਬੀਆਂ ਦੀ ਕੁੱਲ 'ਚੋਂ ਸੀ ਜਿਹੜੀ ਕੁੱਲ ਨੂੰ ਰੱਬ ਪੈਗਾਮ ਦਿੰਦਾ ਸੀ ਵੀ ਦੁਨੀਆ ਨੂੰ ਮੇਰਾ ਮੈਸੇਜ ਦੋ ਤੂੰ ਮੇਰਾ ਨਾਮ ਦੁਨੀਆ ਨੂੰ ਜਪਾ ਮੈਂ ਤੇਰਾ ਨਾਮ ਵੱਡਾ ਕਰੂੰਗਾ ਸੰਸਾਰ ਦੇ ਵਿੱਚ ਇੱਕ ਉਦਾਹਰਣ ਬਣਾ ਕੇ ਪੇਸ਼ ਕਰੂੰਗਾ ਸੋ ਬੜਾ ਸੁੰਦਰ ਪ੍ਰਸੰਗ ਹੈ ਤਾਂ ਕਹਿੰਦੇ ਮਹਾਰਾਜ ਵੀ ਪਤਾ ਕਿਦਾਂ ਲੱਗੇ ਵੀ ਕਿੱਥੇ ਦੱਬਿਆ ਉਹ ਕਹਿੰਦੇ ਆਪਦੇ ਪ੍ਰੇਮੀਆਂ ਚ ਪੁੱਛ ਉਹਨਾਂ ਨੂੰ ਕਿਸੇ ਨੂੰ ਪਤਾ ਹੈ ਉਹ ਦੱਸ ਦੇਣਗੇ ਤੈਨੂੰ ਤਾਂ ਪਤਾ ਕਰਦਿਆਂ ਹੁਣ ਇਹ ਗੱਲ 400 ਸਾਲ ਬਾਅਦ ਦੀ ਆ ਉਹਨੂੰ ਸਰੀਰ ਛੱਡੇ ਨੂੰ 400 ਸਾਲ ਹੋ ਗਏ ਨੇ ਤੇ 400 ਸਾਲਾਂ ਵਿੱਚ ਦੁਨੀਆ ਦਾ ਨਕਸ਼ਾ ਤੱਕ ਬਦਲ ਜਾਂਦਾ ਹੈ ਅਰ ਉਹ ਨਹੀਂ ਭੁੱਲਦਾ। ਉਹਦਾ ਪਿਆਰਾ ਹੈ। ਉਹਦੇ ਅਕੀਦੇ ਤੇ ਤੁਰਿਆ ਸੀ, ਉਹਦਾ ਨਾਮ ਜਪਿਆ ਸੀ। ਇਸੇ ਕਰਕੇ ਮਹਾਰਾਜ ਕਹਿੰਦੇ ਤੂੰ ਸਾਰੀਆਂ ਸਿਆਣਪਾਂ ਛੱਡ ਤੇ ਯਕੀਨ ਲਿਆ ਮੇਰੇ ਉੱਤੇ। ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਏ। ਇੱਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਹ ਜਾਏ। ਅਰ ਇਹ ਕਾਸ ਬਣਦੀ ਨਹੀਂ ਪਈ ਦ્વੈਤ ਬਣੀ ਰਹਿੰਦੀ ਆ ਦੂਜਾ ਭਾਵ ਬਣਿਆ ਰਹਿੰਦਾ ਹੈ ਚਤਰਾਈ ਸਿਆਣਪ ਦੇਖੀ ਦੀ ਆ ਨਾ ਦੁਨੀਆ 'ਚ ਵੀ ਤੂੰ ਅੰਦਰ ਬੈਠਾ ਸੁਗਣੀ ਸਾਹਿਬ ਪੜੀ ਜਾਂਦਾ ਨਾਲ ਦਿਆਂ ਨੇ ਤੇਰਿਆਂ ਨੇ ਏਡੇ ਏਡੇ ਮਹਿਲ ਪਾਲੇ ਉਹ ਜਦੋਂ ਮਹਿਲ ਦੇਖਦਾ ਨਾ ਫਿਰ ਇੱਥੇ ਕੁਝ ਹੁੰਦਾ ਵਾ ਤਾਂ ਫਿਰ ਮਨ ਕੀ ਦੁਬੈਦ ਭਾਚ ਆ ਜਾਂਦਾ ਤਾਂ ਜਦੋਂ ਦੁਬੈਦ ਭਾਚ ਆ ਜਾਂਦਾ ਫਿਰ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਜਿਹੜੇ ਬੰਦੇ ਚਤਰਾਈ ਤੋਂ ਕੰਮ ਲੈਂਦੇ ਆ ਨਾ ਦਿਮਾਗ ਤੋਂ ਕੰਮ ਲੈਂਦੇ ਉਹ ਜਾਦੇ ਕਾਮਯਾਬ ਆ ਤਾਂ ਉਹ ਦੁਬੈਦ ਭਾ ਇੱਕ ਆਸ ਬਣਦੀ ਨਹੀਂ ਮਾਇਆ ਦਾ ਅਸਰ ਹੀ ਇਸ ਤਰ੍ਹਾਂ ਦਾ ਤਾਂ ਕਿੰਨੀ ਜਨਮਾਂ ਦੀ ਕਮਾਈ ਹੋਊਗੀ ਜਿਨ੍ਹਾਂ ਨੂੰ ਮਹਾਰਾਜ ਤੇ ਭਰੋਸਾ ਹੋਊਗਾ ਨਹੀਂ ਤੇ ਸਭ ਕੁਝ ਸੁਣਦਿਆਂ ਹੋਇਆਂ ਦੇਖਦਿਆਂ ਹੋਇਆਂ ਅੱਖਾਂ ਦੇ ਸਾਹਮਣੇ ਹੀ ਸਭ ਕੁਝ ਹੁੰਦਾ ਪਰ ਉਹ ਭਰੋਸਾ ਜਿਹੜਾ ਉਹ ਪੈਦਾ ਨਹੀਂ ਹੁੰਦਾ ਕਦੇ ਹੋਈ ਟੈਲੀਫੋਨ ਤੇ ਮਾਰੋ ਇਹਨਾਂ ਗੱਲ ਬੰਦਾ ਨਹੀਂ ਸਮਝਦਾ ਕਿਸੇ ਨੂੰ ਮੇਰੀ ਫਲਾਣੇ ਅਫਸਰ ਨਾਲ ਜਾਣ ਪਛਾਣ ਆ ਬੰਦਾ ਨਹੀਂ ਸਮਝਦਾ ਕਿਸੇ ਮਹਾਰਾ ਇਹ ਕਹਿੰਦੇ ਇੱਧਰ ਬੜੀ ਵੱਡੀ ਤਾਕਤ ਆ ਜਿਨ੍ਹਾਂ ਦੇ ਰੱਬ ਦੇ ਨਾਲ ਜਾਣ ਪਛਾਣ ਆ ਉਹ ਸਾਰੀ ਦੁਨੀਆ ਨੂੰ ਕੱਖ ਨਹੀਂ ਸਮਝਦੇ ਉਹਨੇ ਪਰਵਾਹ ਕਰਦੇ ਦੁਨੀਆ ਦੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ ਉਹ ਕਹਿੰਦੀ ਜੇ ਤੇ ਹੁੰਦਾ ਕੋਈ ਬਾਦਸ਼ਾਹ ਮੇਰ ਤੇ ਮੰਗਣੀ ਸੀ ਜ਼ਮੀਨ ਜਾਇਦਾਦ ਪੈਸਾ ਕਾਰੋਬਾਰ ਹੁਣ ਇਹ ਰੱਬ ਦਾ ਪੈਗੰਬਰ ਆ ਇਹਦੇ ਤੋਂ ਕਿਹੜੀ ਚੀਜ਼ ਮੰਗਾ ਇਸੇ ਕਰਕੇ ਮਾਰੇ ਕਹਿੰਦੇ ਨਾ ਵੀ ਕਈ ਵਰੀ ਮੰਗਣ ਦੀ ਅਕਲ ਨਹੀਂ ਆਉਂਦੀ ਜਾਚ ਨਹੀਂ ਆਉਂਦੀ ਵੀ ਕਿਹੜੀ ਚੀਜ਼ ਕਿਹੜੇ ਪਾਸੋਂ ਮੰਗਣੀ ਤਾਂ ਸੋਚ-ਸੋਚ ਕੇ ਕਹਿਣ ਲੱਗੀ ਪਰਮੇਸ਼ਰ ਤੇ ਪੈਗੰਬਰ ਨੂੰ ਦੱਸ ਤਾਂ ਦਵਾਂਗੇ ਪਰ ਪਹਿਲਾਂ ਆਪਣੇ ਖੁਦਾ ਨੂੰ ਕਹਿ ਵੀ ਜਿੱਥੇ ਤੇਰਾ ਨਵਾਸ ਆ ਉੱਥੇ ਹੁਣ ਉਹਨੂੰ ਵੀ ਮਹਾਰਾਜ ਨੇ ਮਾਣ ਦੇਣਾ ਸੀ ਕਿਉਂ 400 ਸਾਲ ਉਹਨਾਂ ਨੇ ਉਹ ਪਰਮੇਸ਼ਰ ਦਾ ਜਿਹੜਾ ਸੰਤ ਸੀ ਕੋਈ ਪਿਆਰਾ ਸੀ ਉਹਦੀ ਜਗ੍ਹਾ ਦਾ ਖਿਆਲ ਰੱਖਿਆ ਸੰਭਿਆ ਸੇਵਾ ਕੀਤੀ ਹਾਲਾਂਕਿ ਖੁਦਾ ਦਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਰੱਬ ਦੇ ਪਿਆਰੇ ਦੀ ਯਾਦ ਚੋਂ ਰਹੇ ਪਰਮੇਸ਼ਰ ਦੇ ਪਿਆਰੇ ਦੀ ਯਾਦ ਚੋਂ ਬੈਠੇ ਰਹੇ ਨੇ ਅੱਗੇ ਤੋਂ ਅੱਗੇ ਪੀੜ੍ਹੀ ਉਹਨਾਂ ਦੀ ਉਹ ਮਾਈ ਰਹਿ ਗਈ ਹੁਣ ਤੇ ਫਿਰ ਮਾਰਾ ਜੀ ਅੱਗੇ ਬੇਨਤੀ ਕੀਤੀ ਹਜ਼ਰਤ موسی ਨੇ ਵੀ ਉਹ ਕਹਿੰਦੇ ਦੱਸਤਾ ਦਵਾਂਗੇ ਪਰ ਖੁਦਾ ਨੂੰ ਕਹਿ ਵਾਹਿਗੁਰੂ ਨੂੰ ਕਹਿ ਕਿ ਜਿੱਥੇ ਤੇਰਾ ਨਵਾਜ਼ ਉਥੇ ਮੈਨੂੰ ਵੀ ਇੱਕ ਮਕਾਨ ਦੇ ਫਿਰ ਸੋ ਬੜੀ ਸੁੰਦਰ ਇੱਕ ਸਿੱਖਿਆ ਦਿੱਤੀ ਗਈ ਹੈ ਫਿਰ ਰੱਬ ਦੇ ਪਿਆਰੇ ਪਾਸੋਂ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਕਿਹੜੀ ਚੀਜ਼ ਮੰਗਣੀ ਚਾਹੀਦੀ ਤਾਂ ਖੁਦਾ ਨੇ ਆਖਿਆ ਵਾਹਿਗੁਰੂ ਨੇ ਪਰਮੇਸ਼ਰ ਨੇ ਭਗਵਾਨ ਨੇ ਆਖਿਆ ਉਹਨੇ ਦੱਸਿਆ ਉਹ ਥਾਂ ਲੱਭੀ ਉਥੋਂ ਉਹਨਾਂ ਦਾ ਸਰੀਰ ਚਾਂਦੀ ਦੇ ਤਬੂਚ ਸੀ ਇਸ ਕਰਕੇ ਮਿਲ ਗਿਆ ਪੁੱਟਿਆ ਫਿਰ ਬਣੀ ਇਜ਼ਰਾਈਲ ਚ ਜਾ ਕੇ ਦੁਬਾਰਾ ਦੱਪਿਆ ਕਿ ਦੁਨੀਆ ਨੂੰ ਇੱਕ ਉਦਾਹਰਣ ਦੋ ਸਮਝਾ ਦੁਨੀਆ ਨੂੰ ਇੱਕ ਵਾਰੀ ਵੀ ਜ਼ੁਬਾਨ ਤੋਂ ਵਾਹਿਗੁਰੂ ਕਵੇਂਗਾ ਉਹਦਾ ਵੀ ਫਲ ਤੇ ਨੂੰ ਦਵਾਂਗਾ ਮੈਂ ਇੱਕ ਵਰ ਇੱਕ ਕਦਮ ਮੇਰੇ ਵੱਲ ਪੁੱਟੇਗਾ ਮੈਂ ਹਜ਼ਾਰਾਂ ਕਦਮ ਤੇਰੇ ਵੱਲ ਚੱਲ ਕੇ ਆਉਂਗਾ ਸੋ ਸੱਚੇ ਪਾਤਸ਼ਾਹ ਬੜੇ ਪ੍ਰੇਮ ਦੇ ਨਾਲ ਇਹ ਗੱਲ ਫਰਮਾਉਂਦੇ ਨੇ ਕਿ ਜਿੰਨਾ ਚਿਰ ਅਸੀਂ ਆਪਣਾ ਮਨ ਨਹੀਂ ਮਾਰਦੇ ਸੰਸਾਰ ਵੱਲੋਂ ਆਪਣੀ ਬਿਰਤੀ ਸੁਰਤੀ ਸਾਡੀ ਉਲਟ ਨਹੀਂ ਹੁੰਦੀ ਤਾਂ ਫਿਰ ਲਾਭ ਕੀ ਹੋਇਆ ਗੁਰੂ ਸਾਹਿਬ ਨੂੰ ਮਿਲਦਾ ਗੱਲ ਤੇ ਫਿਰ ਉਹੀ ਰਹਿ ਗਈ ਆ ਜਿਹੜੀ ਪਹਿਲਾਂ ਦੁਨੀਆ 'ਚ ਸੀ ਗੁਰਦੁਆਰੇ 'ਚ ਆ ਕੇ ਵੀ ਉਹੀ ਆ ਪਰ ਜਿਹੜੇ ਸਹੀ ਮਾਇਨੇ 'ਚ ਸਤਿਗੁਰੂ ਨੂੰ ਮਿਲਦੇ ਨੇ ਉਹ ਫਿਰ ਸੰਸਾਰ ਵੱਲੋਂ ਉਲਟ ਜਾਂਦੇ ਨੇ ਭਾਈ ਡੱਲਾ ਰਾਜ ਭਾਗ ਮੰਗਣ ਨੂੰ ਫਿਰਦਾ ਸੀ ਬਾਦਸ਼ਾਹੀ ਮੰਗਣ ਨੂੰ ਫਿਰਦਾ ਸੀ ਪਰ ਜਦੋਂ ਸਿੱਧਕ ਵੇਖਿਆ ਦੋ ਸਿੱਖਾਂ ਦਾ ਇਹਦਾ ਸੱਚਖੰਡ ਚ ਥਾਂ ਦੋ ਮਾਰੇ ਕਹਿੰਦੇ ਫਿਰ ਉਲਟ ਸੰਸਾਰ ਵੱਲੋਂ ਛਕ ਅੰਮ੍ਰਿਤ ਛੱਡੇਗਾ ਸਵਾਦ ਮਾਰੇ ਦਾ ਮੰਨੂ ਸੰਸਾਰ ਵੱਲੋਂ ਆਪ ਛਕ ਪਰਿਵਾਰ ਨੂੰ ਛਕਾ ਪੀੜੀ ਜਿੰਨੀ ਕੀ ਭਾਵੇਂ ਉੱਥੇ ਮੰਜਾ ਢਾ ਕੇ ਬੈਠਾ ਰਹੇ ਤਾਂ ਸੱਚੇ ਪਾਤਸ਼ਾਹ ਬੜੇ ਪ੍ਰੇਮ ਨਾਲ ਫਰਮਾਉਂਦੇ ਨੇ ਵੀ ਸਤਗੁਰ ਮਿਲਿਆ ਉਲਟੀ ਪਈ ਜੀਵਤ ਮਰੇ ਤਾਂ ਬੂਝ ਪਾਏ ਜਦੋਂ ਸਤਗੁਰੂ ਦੀ ਕਿਰਪਾ ਹੁੰਦੀ ਨਾ ਸਮਝ ਆਉਂਦੀ ਹੈ ਗਿਆਨ ਪ੍ਰਾਪਤ ਹੁੰਦਾ ਤਾਂ ਫਿਰ ਜੀਵਤ ਭਾਤੋਂ ਮਰ ਜਾਂਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਪਈ ਭਾਈ ਜੀਵਤ ਮਾਰਾ ਤਾ ਬੂਝ ਪਾਈ ਸਤਿਗੁਰੂ ਨੂੰ ਮਿਲਦਾ ਲਾਭ ਇਹ ਕਿ ਸੰਸਾਰ ਵੱਲੋਂ ਮਨ ਉਲਟ ਜਾਵੇ ਸਰੀਰ ਉਹ ਹੀ ਰਹਿੰਦਾ ਹੈ ਬਸ ਨਜ਼ਰੀਆ ਬਦਲ ਜਾਂਦਾ ਦ੍ਰਿਸ਼ਟੀਕੋਣ ਬਦਲ ਜਾਂਦਾ ਜਿਵੇਂ ਕੋਈ ਪਰਦਾ ਹੁੰਦਾ ਵਿੱਚ ਇਹ ਪਰਦਾ ਲਹਿ ਗਿਆ ਤੇ ਲਹਿੰਦਾ ਵੀ ਉਹਦਾ ਹੀ ਹੈ ਜਿਹੜਾ ਗੁਰੂ ਨੂੰ ਮਿਲਦਾ ਹੈ ਬਾਕੀਆਂ ਵਾਸਤੇ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਸਤਿਗੁਰੂ ਦੀ ਕਿਰਪਾ ਸਦਕਾ ਫਿਰ ਬੂਝ ਸਦਕਾ ਸਮਝ ਸਦਕਾ ਗਿਆਨ ਸਦਕਾ ਜੀਵਤ ਭਾਤ ਉਹ ਮਰ ਜਾਂਦੇ ਹਨ ਦੇ ਅਧਿਆਸ਼ ਛੁੱਟ ਜਾਂਦਾ ਹੈ ਫਿਰ ਅੱਗੇ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਗੁਰੂ ਕੌਣ ਹੈ ਸਿੱਖ ਕੌਣ ਹੈ ਤਾਪ ਕਿਰਪਾ ਕਰਦੇ ਹਨ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਗੁਰੂ ਕਿਹੜਾ ਜੀ ਦੀ ਜੋਤੀ ਪਰਮੇਸ਼ਰ ਦੇ ਨਾਲ ਜੋਤ ਮਿਲੀ ਹੋਈ ਹੈ ਜਿਸ ਦੀ ਆਤਮਾ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਕੋਈ ਪਰਦਾ ਨਹੀਂ ਰਹਿ ਗਿਆ ਸਿੱਖ ਵੀ ਹੋਈ ਹੈ ਜਿਹੜਾ ਵਾਹਿਗੁਰੂ ਦੇ ਨਾਲ ਇੱਕਮ ਇੱਕ ਹੋ ਚੁੱਕਾ ਹੈ ਤੇ ਸੱਚੇ ਪਾਤਸ਼ਾਹ ਬੜਾ ਸੁੰਦਰ ਐਗਜ਼ੈਂਪਲ ਵੀ ਦਿੱਤਾ ਹੈ ਅਜੇ ਆਪਾਂ ਵਿਸਾਖੀ ਦਾ ਦਿਹਾੜਾ ਮਨਾ ਕੇ ਹਟਿਆ ਬੜੇ ਪ੍ਰੇਮ ਦੇ ਨਾਲ ਵੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਜਮਾਂ ਫਰਕ ਨਹੀਂ ਰਹਿ ਜਾਂਦਾ ਜਿੱਥੇ ਬਿਲਕੁਲ ਰੱਤੀ ਮਾਤਰ ਰਾਈ ਮਾਤਰ ਤਿਲ ਮਾਤਰ ਉਹੀ ਸਿੱਖ ਹੈ ਜੀ ਦੀ ਆਤਮਾ ਪਰਮਾਤਮਾ ਦੇ ਨਾਲ ਸੱਚੇ ਪਾਤਸ਼ਾਹ ਨੇ ਮਲਾਈ ਹੋਈ ਹੈ ਤਾਂ ਉਹਨਾਂ ਵਿੱਚ ਤੇ ਫਿਰ ਗੁਰੂ ਵਿੱਚ ਵੀ ਕੋਈ ਫਰਕ ਨਹੀਂ ਗੁਰੂ ਵੀ ਉਹੀ ਮੰਨਿਆ ਜਾਊਗਾ ਜਿਹੜਾ ਪਰਮੇਸ਼ਰ ਨਾਲ ਇੱਕ ਹੈ ਸਤਪੁਰਖ ਜਿਨ ਜਾਨਿਆ ਸਤਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਉ ਸੋ ਗਰੀਬ ਨਿਵਾਜ ਕਿਰਪਾ ਕਰਦੇ ਹਨ ਮਨ ਰੀ ਹਰ ਹਰ ਸੇਤੀ ਲਿਵ ਲਾਈ ਤਾਂ ਆਪਣੇ ਮਨ ਨੂੰ ਮਾਰੇ ਉਪਦੇਸ਼ ਦਿੰਦੇ ਨੇ ਸਮਝਾਉਂਦੇ ਨੇ ਕਿ ਜਿਹੜੀ ਲੇਵ ਹੈ ਸੁਰਤੀ ਬਿਰਤੀ ਹੈ ਧਿਆਨ ਹੈ ਇਸ ਨੂੰ ਜੋ ਪਰਮੇਸ਼ਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਸਭ ਤੇ ਕਿਰਪਾ ਕਰਨ ਵਾਲਾ ਹੈ ਉਸ ਵਾਹਿਗੁਰੂ ਦੇ ਨਾਲ ਇਹ ਲਿਵ ਜਿਹੜੀ ਹੈ ਇਹ ਮੇਰੇ ਮਨ ਜੋੜ ਕੇ ਰੱਖਣੀ ਚਾਹੀਦੀ ਹੈ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਈ ਤੇ ਜਦੋਂ ਇਸ ਮਨ ਨੂੰ ਵਾਹਿਗੁਰੂ ਪਰਮੇਸ਼ਰ ਦਾ ਜਪ ਮਿੱਠਾ ਲੱਗਣ ਲੱਗ ਪਵੇ ਨਾਮ ਦੇ ਵਿੱਚੋਂ ਰਾਸ ਆਉਣ ਲੱਗ ਪਵੇ ਫਿਰ ਇਹੋ ਜਾਂ ਜਿਹੜਾ ਗੁਰਮਖਾਨਾ ਥਾਂ ਉਹਨੂੰ ਮਿਲੂਗੀ ਉਹ ਪਾਲੂਗਾ ਥਾਂ ਉਹਦੇ ਤੇ ਕਿਰਪਾ ਹੋਵੇਗੀ ਉਹਨੂੰ ਫਿਰ ਵਾਹਿਗੁਰੂ ਦੀ ਥਾਂ ਮੈਨੇ ਅਭੇਦਤਾ ਜਿਹੜੀ ਹੈ ਐਸੇ ਗੁਰਮਖ ਨੂੰ ਪ੍ਰਾਪਤ ਹੁੰਦੀ ਹੈ ਰਹਾਉ ਬਿਨ ਗੁਰਪ੍ਰੀਤ ਨਾ ਊਪਜਾ ਭਾਈ ਮਨ ਮੁਖ ਦੂਜੈ ਭਾਈ ਸੱਚੇ ਪਾਤਸ਼ਾਹ ਤੋਂ ਬਿਨਾ ਗੁਰੂ ਧਾਰਨ ਤੋਂ ਬਿਨਾ ਗੁਰੂ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਹੈ। ਸਵਈਆਂ ਦੇ ਵਿੱਚ ਬੜੀ ਸੁੰਦਰ ਪੰਕਤੀ ਲਿਖੀ ਹੋਈ ਹੈ ਵੀ ਸ੍ਰੀ ਗੁਰੂ ਸਾਹਿਬ ਸਭ ਉਪਰ। ਸਭ ਤੋਂ ਉੱਤੇ ਕੀ ਹੈ ਗੁਰੂ ਦੀ ਕਿਰਪਾ। ਗੁਰ ਕਹਿਆ ਸਾਕਾਰ ਕਮਾਓ ਉਹ ਗੁਰ ਕੀ ਕਰਨੀ ਕਾਹੇ ਤਾ ਵੋ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਇਹ ਜੈਸਤੇ ਵੀ ਹੁੰਦੀ ਹੈ ਬਸ ਉਹਦਾ ਬੇੜਾ ਜਿਹੜਾ ਹੈ ਉਪਾਰ ਹੋ ਜਾਂਦਾ ਹੈ ਤਾਂ ਬਿਨਾਂ ਗੁਰੂ ਤੋਂ ਕਿਸੇ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਨਹੀਂ ਪੈਦਾ ਹੁੰਦਾ ਜਿਹੜੇ ਮਨਮੁਖ ਨੇ ਜਿਹੜੇ ਸਤਿਗੁਰੂ ਨੂੰ ਮੰਨਦੇ ਹੀ ਨਹੀਂ ਉਹਨਾਂ ਦਾ ਦ્વੈਤ ਭਾਵ ਮਾਇਆ ਨਾਲ ਪ੍ਰੇਮ ਸੰਸਾਰ ਦੀ ਖਿੱਚ ਬਣੀ ਰਹਿੰਦੀ ਹੈ ਤੁਸੀਂ ਦੇਖੋਗੇ ਵੀ ਜਿਹੜਾ ਹਿੰਦੁਸਤਾਨ ਦਾ ਰਿਵਾਜ ਸੀ ਨਾ ਇਹਦੇ 'ਚ ਪਰਖ ਕੀਤੀ ਜਾਂਦੀ ਹੈ ਜਿਵੇਂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਦੇਵ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪਰਖ ਕੀਤੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਰਖ ਕੀਤੀ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਨੇ ਪਰਖ ਕੀਤੀ ਤਾਂ ਉਸ ਦਾ ਕਾਰਨ ਸਿਰਫ ਇਹਨਾ ਕੀ ਹੁੰਦਾ ਵੀ ਸੰਗਤ ਦੇ ਵਿੱਚ ਉਹਲਾ ਨਾ ਰਵੇ ਸੰਗਤ ਨੂੰ ਪਤਾ ਲੱਗ ਜਾਏ ਕਿ ਇਹ ਅੱਗੇ ਸੇਵਾ ਜਿਹੜੀ ਆ ਉਹ ਕਰਨ ਕਰਾਉਣਗੇ ਇਹ ਪਾਰੋਪਕਾਰ ਕਰਨਗੇ ਇਹਨਾਂ ਦੇ ਅੰਦਰ ਪਾਰੋਪਕਾਰ ਦੀ ਭਾਵਨਾ ਹੈ ਕਈ ਮਹਾਤਮਾ ਮਹਾਂਪੁਰਖ ਇਸ ਤਰ੍ਹਾਂ ਦੇ ਵੀ ਹੁੰਦੇ ਉਹ ਇਸ ਗੱਲ ਤੋਂ ਵੀ ਪਾਸਾ ਕਰ ਜਾਂਦੇ ਵੀ ਛੱਡੋ ਖੜਾ ਪਾਰੋਪਕਾਰ ਵੀ ਨਹੀਂ ਪਰ ਮਹਾਰਾਜ ਤਨੀ ਮੰਨਦੇ ਇਸ ਗੱਲ ਨੂੰ ਮਿਥਿਆ ਤਨ ਨਹੀਂ ਪਾਰੋਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਤਾਂ ਕਈ ਜਿਹੜੇ ਚਾਤਰ ਜੇ ਬੰਦੇ ਹੁੰਦੇ ਨੇ ਨਾ ਸ਼ੈਤਾਨ ਜੇ ਦੇਖੇ ਹੀ ਹੁਣੇ ਤੁਸੀਂ ਕੜਮ ਚੌਧਰੀ ਹਰ ਥਾਂ ਹੀ ਤੁਰੇ ਫਿਰਦੇ ਹੁੰਦੇ ਆ ਕਈ ਅਜੇ ਕੱਲ ਪਰਸੋ ਇਤਿਹਾਸ ਸੁਣਿਆ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਚੰਡੀ ਪੁੱਠੀ ਪੈ ਗਈ ਕਈ ਵਾਰੀ ਸੋਚੀ ਪੈ ਜਾਂਦਾ ਇਹ ਬਲਾਵਾ ਉਦੋਂ ਵੀ ਹੈਗੀਆਂ ਸੀ ਅਸੀਂ ਤੇ ਸੋਚਦੇ ਹੁਣੀ ਆ ਵੀ ਜਿਹੜੇ ਦਸਵੇਂ ਪਾਤਸ਼ਾਹ ਨੂੰ ਇਹ ਕਹੀ ਜਾਂਦੇ ਤਾ ਉਹਦੇ ਚਾਤਰ ਬੰਦੇ ਹੁੰਦੇ ਨਾ ਸ਼ਾਰਪ ਮਾਈਂਡ ਹੁੰਦਾ ਜਿਨ੍ਹਾਂ ਦਾ ਉਹ ਫਿਰ ਆਪਣੀ ਸਿਆਣਪ ਨਾਲ ਬਾਲਾ ਅੱਗੇ ਆ ਜਾਂਦੇ ਜਿਹੜੇ ਸੇਵਾ ਸਿਮਰਨ ਕਰਨ ਵਾਲੇ ਹੁੰਦੇ ਉਹ ਇਸ ਦੌੜ ਦੇ ਵਿੱਚ ਨਹੀਂ ਹੁੰਦੇ ਉਹਨਾਂ ਨੂੰ ਨਹੀਂ ਕੋਈ ਮਤਲਬ ਹੁੰਦਾ ਵੀ ਬਾਲਾ ਅੱਗੇ ਹੋ ਕੇ ਐਵੇਂ ਤੁਰੇ ਫਿਰਨਾ ਪਖੰਡ ਕਰੀ ਜਾਣਾ ਸਿਰ ਝੁਕਾਈ ਜਾਣਾ ਆਪਣਾ ਮਤਲਬ ਕੱਢੀ ਜਾਣਾ ਤਾਂ ਫਿਰ ਉਹ ਹਿੰਦੂਸਤਾਨ ਦਾ ਰਵਾਜ ਵੀ ਮਹਾਤਮਾ ਦਾ ਰਵਾਜ ਹੁੰਦਾ ਵੀ ਉਹ ਪਰਖ ਕਰ ਲੈਂਦੇ ਆ ਹੁਣ ਜਿਹੜੇ ਬੰਦੇ ਨੇ ਪਰਮੇਸ਼ਰ ਤੇ ਭਰੋਸਾ ਹੈ ਉਹਨੂੰ ਕੀ ਲੋੜ ਪਈ ਐ ਵੀ ਐਵੇਂ ਤੁਰੇ ਫਿਰਨ ਦੀ ਜਿੰਨੇ ਵਾਹਿਗੁਰੂ ਦੀ ਬੰਦਗੀ ਕਰਨੀ ਐ ਭਗਤੀ ਕਰਨੀ ਐ ਉਹਦੇ ਕੋਲੇ ਇੰਨਾ ਟਾਈਮ ਨਹੀਂ ਹੈ ਵੀ ਉਹ ਗੱਡੀ ਚੱਕ ਕੇ ਤੇ ਸਾਰੀ ਦਿਹਾੜੀ 100 ਪਿੰਡ ਕੱਢ ਮਾਰੇ ਉਹਨੂੰ ਮਤਲਬ ਹੀ ਕੋਈ ਨਹੀਂ ਜਿਹਨੂੰ ਰੱਬ ਤੇ ਭਰੋਸਾ ਹੈ ਉਹਨੂੰ ਕੀ ਲੋੜ ਪਈ ਐ ਕਿਤੇ ਤੁਰੇ ਫਿਰਨ ਦੀ ਹਾਂ ਜੀ ਉਹ ਤੁਰੇ ਤੇ ਪਰਉਕਾਰ ਵਾਸਤੇ ਤੁਰੇ ਸੇਵਾ ਵਾਸਤੇ ਤੁਰੇ ਉਹ ਇੱਕ ਵੱਖਰਾ ਵਿਸ਼ਾ ਤਾਂ ਉਹ ਪ੍ਰਾਣਾ ਰਵਾਜ ਸੀ ਸਭ ਤੋਂ ਸੁਣੀ ਉਦਾਹਰਨ ਬਾਬਾ ਪ੍ਰਿਥੀ ਚੰਦ ਜੀ ਦੀ ਉਹ ਇਸ ਤਰ੍ਹਾਂ ਦੀ ਬਿਰਤੀ ਦੇ ਮਾਲਕ ਸੀ ਉਹਨਾਂ ਨੂੰ ਮਹਾਰਾਜ ਤੇ ਨਹੀਂ ਸੀ ਭਰੋਸਾ ਵੀ ਮਹਾਰਾਜ ਦਊਗਾ ਮਿਲੂਗਾ ਸੇਵਾ ਕਰਕੇ ਉਹ ਕਹਿੰਦੇ ਸੇਵਾ ਕਰਕੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਅਰ ਚਤਰਤਾ ਨਾਲ ਮਿਲੇਗਾ ਇਸ ਕਰਕੇ ਮੂਰੇ ਮੂਰੇ ਰਹਿਣਾ ਅੱਗੇ ਅੱਗੇ ਰਹਿਣਾ ਅੱਛਾ ਮਾਰੇ ਕਹਿੰਦੇ ਤੁਹਾਡੇ ਤਾਇਆ ਜੀ ਦੇ ਪੁੱਤ ਦਾ ਵਿਆਹ ਉਥੇ ਜਾਓ ਅੱਜ ਤੱਕ ਇੱਕ ਗੱਲ ਦੱਸਿਓ ਵੀ ਕਹਿੰਦੇ ਵੀ ਫਲਾਣੇ ਸਾਧੂ ਨੇ ਇੰਨੇ ਸਾਲ ਤਪ ਕੀਤਾ ਤਾਂ ਮਿਲਿਆ ਫਲਾਣੇ ਨੇ ਇੰਨਾ ਜਪ ਕੀਤਾ ਤਾਂ ਮਿਲਿਆ ਅੱਛਾ ਗੁਰੂ ਅਰਜਨ ਦੇਵ ਸਾਹਿਬ ਨੇ ਕੀ ਕੀਤਾ ਵਿਆਹ ਵੇਖਣ ਗਏ ਤਾਂ ਮਿਲਿਆ ਗੁਰੂ ਦਾ ਬਚਨ ਮੰਨਿਆ ਗੁਰੂ ਦਾ ਹੁਕਮ ਮੰਨਿਆ ਹੁਣ ਮਾਰਾ ਇਹ ਪੁੱਠੇ ਤੇ ਨਹੀਂ ਨਾ ਲੰਮਕੇ ਕਿ ਮਾਰਾ ਇਹਨੇ ਕੋਈ ਸਾਧਨਾ ਕੀਤੀ ਗੁਰੂ ਰਾਮਦਾਸ ਸਾਹਿਬ ਨੇ ਕਿ ਅਬੀ ਵਿਆਹ ਤੇ ਜਾਓ ਨਾ ਬਚਨ ਮੰਨਿਆ ਜਿੰਨੇ ਬਚਨ ਮੰਨਿਆ ਉਹਨੂੰ ਸਭ ਕੋ ਦੇਤ ਬਾਬਾ ਜੀ ਕਹਿਣ ਲੱਗੇ ਵੀ ਨਹੀਂ ਨਹੀਂ ਸੰਗਤ ਨੂੰ ਕੌਣ ਸੰਭੂ ਮੇਰੇ ਤੋਂ ਬਿਨਾ ਇਹ ਤਾਂ ਕੰਮ ਮੈਂ ਹੀ ਚਲਾ ਸਕਦਾ ਹੋਰ ਨਹੀਂ ਕਿਸੇ ਤੋਂ ਚੱਲਣਾ ਤਾਂ ਇਸ ਤਰ੍ਹਾਂ ਦਾ ਸਿਸਟਮ ਸੀ ਫਿਰ ਤਾਂ ਉਹ ਪ੍ਰਾਣੇ ਸਾਧੂ ਪਰਖ ਕਰਦੇ ਹੁੰਦੇ ਸੀ ਦੋ ਚੇਲੇ ਸੀ ਦੋਹਾਂ ਨੂੰ ਕਬੂਤਰ ਦੇਤੇ ਵੀ ਉੱਥੇ ਜਾ ਕੇ ਮਾਰੀ ਜਿੱਥੇ ਕੋਈ ਵੇਂਦਾ ਨਹੀਂ ਆ ਜਿਹੜਾ ਬਹੁਤਾ ਹੀ ਕਾਲਾ ਸੀ ਸੇਵਾ ਕੋਈ ਨਹੀਂ ਕਰਨੀ ਸਿਮਰਨ ਕੋਈ ਨਹੀਂ ਕਰਨਾ ਅਰ ਅੱਗੇ-ਅੱਗੇ ਤੁਰੇ ਫਿਰਨਾ ਉਹ ਕਹਿੰਦੇ ਕੰਦ ਦੇ ਪਾਸੇ ਜਾ ਕੇ ਧੌਣ ਮਰੋੜ ਲਿਆ ਆ ਸੀ ਜਿੰਨੂੰ ਇਹੋ ਜਿਹੀ ਕੋਈ ਖੇਚ ਨਹੀਂ ਸੀ ਉਹ ਮੁੜਿਆ ਹੀ ਨਹੀਂ ਸ਼ਾਮ ਤੱਕ ਉਹ ਕਹਿੰਦਾ ਦੁਨੀਆ 'ਚ ਕੋਈ ਇਹੋ ਜਿਹੀ ਥਾਂ ਹੀ ਨਹੀਂ ਹੈਗੀ ਜਿੱਥੇ ਵੇਦਾ ਨਹੀਂ ਆ ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ ਉਹ ਸੇ ਤਰ੍ਹਾਂ ਲਿਆ ਕੇ ਅੱਗੇ ਰੱਖਦਾ ਇਹੋ ਜਿਹੀ ਕੋਈ ਜਗ੍ਹਾ ਹੀ ਨਹੀਂ ਹੈ ਹੁਣ ਉੱਥੇ ਗੱਲ ਤੇ ਹੋਈ ਸੀ ਵੀ ਜਿਹੜਾ ਪਹਿਲਾਂ ਕਬੂਤਰ ਦੀ ਧੌਣ ਮਰੋੜ ਕੇ ਲਿਆਊਗਾ ਨਾ ਗੱਦੀ ਉਹਨੂੰ ਦਵਾਂਗੇ ਤੇ ਉਹ ਤੇ ਸਵੇਰ ਦਾ ਹੀ ਬੈਠਾ ਸੀ ਉਹ ਕਵੇ ਵੇਖਿਆ ਮੈਨੂੰ ਪਹਿਲਾਂ ਪਤਾ ਸੀ ਵੀ ਇਹ ਸਾਧਨਾ ਮੈਨੂੰ ਅੰਦਰ ਨਹੀਂ ਚਾਹੁੰਦਾ ਇਹਨੇ ਆਪੇ ਗਿਆ ਸੀ ਵੀ ਜਿਹੜਾ ਪਹਿਲਾਂ ਤੋਂ ਮਰੋੜੂਗਾ ਉਹਨੂੰ ਗੱਦੀ ਦਵਾਂਗੇ ਮੈਂ ਸਵੀਰਤਾ ਬੈਠਾ ਵਾਂ ਉਹਨੂੰ ਟੈਨਸ਼ਨ ਪੈ ਗਈ ਨਾ ਵੀ ਉਹ ਨਾ ਆ ਜੇ ਕਿਤੇ ਤੇ ਹੈਰਾਨੇ ਦੀ ਹੱਦ ਉਹ ਦੋਨਾਂ ਰਹੀ ਜਦੋਂ ਉਹ ਕਬੂਤਰ ਸਾਬਤਾ ਹੀ ਲੈ ਆਇਆ ਕੋ ਸਤ ਦਾ ਇਹਨੇ ਤੋਂ ਵੀ ਮਰੋੜ ਛੱਡੀ ਉਹਨਾਂ ਨੇ ਸੰਗਤ ਨੂੰ ਦੱਸਿਆ ਦੇਖੋ ਭਈ ਆਹ ਗੱਲ ਹੈ ਤਾਂ ਜਿਹੜਾ ਮਨਮੁਖ ਬੰਦਾ ਹੈ ਉਹ ਗੁਰੂ ਘਰ ਚ ਆ ਕੇ ਵੀ ਆਪਣੀ ਚਤਰਾਈ ਤੇ ਭਰੋਸਾ ਕਰਦਾ ਉਹਨੂੰ ਮਾਲਕ ਤੇ ਨਹੀਂ ਭਰੋਸਾ ਕਿ ਮਾਲਕ ਤੈਨੂੰ ਦਊਗਾ ਉਹ ਕਹਿੰਦਾ ਨਹੀਂ ਮੈਂ ਪਿੱਛੇ ਨਾ ਰਹਿ ਜਾਂ ਵਾਕਈ ਸਾਰੇ ਅੱਗੇ ਲੰਘੇ ਇਸ ਕਰਕੇ ਉਹਨੂੰ ਜਪਜੀਤ ਤੇ ਨਹੀਂ ਭਰੋਸਾ ਉਹਨੂੰ ਸੁਗਣੀ ਸਾਹਿਬ ਤੇ ਨਹੀਂ ਭਰੋਸਾ ਉਹਨੂੰ ਆਪਣੇ ਦਿਮਾਗ ਤੇ ਭਰੋਸਾ ਵਾ ਵੀ ਕਿੱਦਾਂ ਮੈਂ ਅਗਲੇ ਬੰਦੇ ਨੂੰ ਚੋਣਾ ਹੈ ਇਹਦੇ ਕੰਮ ਕਢਾਉਣੇ ਆ ਕਿੱਦਾਂ ਇਹ ਤੋਂ ਮੈਂ ਪੈਸਾ ਕਢਾਉਣਾ ਵਾ ਕਿੱਦਾਂ ਮੈਂ ਆਪਣਾ ਕੰਮ ਚਲਾਉਣਾ ਹੈ ਉਹਨੂੰ ਇਹ ਨਹੀਂ ਭਰੋਸਾ ਵੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੋ ਨਿਦ ਤਾਂ ਮਨਮੁਖ ਦਾ ਜਿਹੜਾ ਮਾਇਆ ਵਾਲਾ ਪੱਖ ਆ ਨਾ ਦੁਨੀਆ ਵਾਲਾ ਪੱਖ ਉਹ ਕਹਿੰਦੇ ਬਣਿਆ ਹੀ ਰਹਿੰਦਾ ਦੂਜਾ ਭਾਵ ਉਹਦੇ ਅੰਦਰ ਤੋਹ ਕਟਹਿ ਮਨਮੁਖ ਕਰਮ ਕਰਹਿ ਭਾਈ ਪੱਲਾ ਕਿਛੂ ਨਾ ਪਾਈ ਉਹਦੇ ਕਰਮ ਜਿਹੜੇ ਨੇ ਜਿਵੇਂ ਚੌਲਾਂ ਦੇ ਉੱਤੇ ਤੋਹ ਹੁੰਦਾ ਨਾ ਸਿੱਕੜ ਕਹਿ ਦਿੰਦੇ ਕਈ ਜਿਹਦੇ ਵਿੱਚ ਚੌਲ ਤੇ ਹੈ ਨਹੀਂ ਦਾਣਾ ਤੇ ਹੈ ਨਹੀਂ ਤਾਂ ਉਹਨੂੰ ਕੁਟੀ ਜਾਂਦਾ ਹੈ ਹੁਣ ਉਹਦੇ ਵਿੱਚ ਹੈ ਹੀ ਕੁਝ ਨਹੀਂ ਨਿਕਲ ਨਹੀਂ ਕੁਝ ਨਹੀਂ ਤਾਂ ਮਨਮੁਖ ਦਾ ਜਿਹੜਾ ਕਰਮ ਹੈ ਇਸ ਤਰ੍ਹਾਂ ਬ्यर्थ ਜਾਂਦਾ ਉਹਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ ਹੁੰਦੀ ਉਹਦੇ ਪੱਲੇ ਕੁਝ ਨਹੀਂ ਪੈਂਦਾ ਗੁਰੂ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਇਸ ਕਰਕੇ ਗੁਰੂ ਨੂੰ ਮਿਲੇ ਗੁਰੂ ਨੂੰ ਮਿਲੇਗਾ ਤਾਂ ਨਾਮ ਇਹਦੇ ਅੰਦਰ ਵਸ ਜਾਵੇਗਾ ਹਿਰਦੇ ਵਿੱਚ ਇਸ ਸੱਚੀ ਪ੍ਰੀਤੀ ਦੇ ਵਿੱਚ ਇਹਦਾ ਪਿਆਰ ਪਵੇਗਾ ਜਿਹੜੇ ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਵੀ ਆਪਣੇ ਸਿੱਖ ਦੀ ਬਾਹ ਨਹੀਂ ਛੱਡਦੇ ਹਨ ਆਪਣੇ ਸੇਵਕ ਦੀ ਇੱਜ਼ਤ ਪਤ ਰੱਖਦੇ ਹਨ ਉਸ ਵਾਹਿਗੁਰੂ ਦੀ ਸੱਚੀ ਪ੍ਰੀਤੀ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਜਦੋਂ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ ਫਿਰ ਗੁਰਬਾਣੀ ਵਿੱਚ ਦ੍ਰਿਸ਼ਟਾਂਤ ਆਉਂਦਾ ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਤਰਮ ਤ੍ਰਿਣ ਧਰ ਮੂंड ਬਿਲਾਏ ਮਾਰਕੰਡੇ ਦੀ ਸਭ ਤੋਂ ਵੱਡੀ ਉਮਰ ਹੈ ਮਹਾਰਿਸ਼ੀ ਦੀ ਬ੍ਰਹਮ ਗਿਆਨੀ ਦੇ ਤਤ ਬੇਤੇ ਦੀ ਪਰਸਾਰੀ ਉਮਰ ਝੌਂਪੜੀ ਚ ਕੱਡ ਮਾਰੀ ਹਜ਼ਰਤ ਨੂ ਦਾ ਜ਼ਿਕਰ ਆਉਂਦਾ ਜਿਹੜੇ ਹਜ਼ਰਤ ਬਾਰੇ ਕਿਹਾ ਜਾਂਦਾ ਵੀ ਜਿਨ ਨੇ ਬੀੜੀ ਬਣਾਈ ਸੀ ਬਹੁਤ ਵੱਡੀ ਬੜਾ ਪਰਉਪਕਾਰ ਕੀਤਾ ਪਾਣੀ ਦੇ ਨਾਲ ਦੁਨੀਆ ਡੁੱਬ ਜਾਂਦੀ ਹੈ ਹੁਣ ਵੀ ਕਹਿੰਦੇ ਨੇ ਵੀ ਵੱਡੇ ਵੱਡੇ ਸ਼ਹਿਰ ਆਉਣ ਵਾਲੇ ਸਮੇਂ 'ਚ ਖਤਮ ਹੋ ਜਾਣਗੇ ਗਰਮੀ ਵਧੀ ਜਾਂਦੀ ਹੈ ਤਾਪਮਾਨ ਵਧੀ ਜਾਂਦਾ ਪਾਣੀ ਦਾ ਲੈਵਲ ਉੱਚਾ ਹੋਵੇਗਾ ਤਾਂ ਜਦੋਂ ਉਸ حضرت ਨੂਹ ਨੂੰ ਮੌਤ ਲੈਣ ਆਈ ਨਾ ਮੌਤ ਮੌਤ ਦਾ ਬ੍ਰਿਸ਼ਟਾ ਆਇਆ ਮਲਕੁਲ ਦੇਵਤਾ ਆਇਆ ਤਾ ਕਹਿੰਦੇ ਮੌਤ ਦੀਆਂ ਅੱਖਾਂ 'ਚ ਵੀ ਅਥਰੂ ਆ ਗਏ ਹਾਲਾਤ ਵੇਖ ਕੇ ਚੌਂਪੜੀ ਐ ਤੇ ਜੇ ਹਜ਼ਰਤ ਲੰਮਾ ਪੈਂਦਾ ਤੇ ਅੱਧਾ ਸਰੀਰ ਬਾਹਰ ਅੱਛਾ ਜੇ ਚੌਂਕੜਾ ਮਾਰ ਕੇ ਪੈਂਦਾ ਤੇ ਠੀਕ ਆ ਕਹਿੰਦੇ ਮਹਾਰਾਜ ਵੀ ਐਡੀ ਕਮਾਈ ਇੰਨੀਆਂ ਤਾਕਤਾਂ ਰੱਬ ਦੇ ਨਾਲ ਸਿੱਧੀਆਂ ਗੱਲਾਂ ਬਾਤਾਂ ਹੋਣ ਇਹ ਕੋਈ ਨਾ ਕੋਈ ਕੋਠੀ ਪਾ ਲੈਣੀ ਸੀ ਦੋ ਚਾਰ ਕਮਰੇ ਪਾ ਲੈਣੇ ਸੀ ਏਸੀ ਉਸੀ ਲਾ ਲੈਣਾ ਸੀ ਅੱਜ ਕੱਲ ਇਹ ਹੀ ਚੱਲਦਾ ਨਾ ਵੀ ਪਹਿਲਾਂ ਆਪਦਾ ਜਿਗਾਰਡ ਕਰੋ ਸੇਵਾ ਬਾਝ ਵੇਖੀ ਜਾਊਗੀ ਕੋਈ ਦਿਨ ਉਹ ਕਹਿੰਦੇ ਹਿੱਸੇ ਕਰਕੇ ਕਹਿੰਦੇ ਕਿ ਕਾਦੇ ਕਰਕੇ ਕਹਿੰਦੇ ਸੋਚਿਆ ਵੀ ਜਾਣਾ ਹੀ ਪੈਣਾ ਵਾ ਜੱਡਾ ਰੱਬ ਦੇ ਨੇੜੇ ਆ ਉਨਾ ਹੀ ਮਾਇਆ ਤੋਂ ਦੂਰ ਬੈਠਾ ਦੇਖੋ। ਉਨਾ ਹੀ ਸੰਸਾਰ ਦੀ ਪਕੜ ਤੋਂ ਦੂਰ ਹੋਈ ਜਾਂਦਾ। ਤਾਂ ਫਿਰ ਮਤਲਬ ਕੀ ਹੋਇਆ? ਤਾਂ ਫਿਰ ਕਿਸੇ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਸਮਝ ਜਾਇਓ। ਇਹ ਬੰਦਾ ਪਖੰਡੀ ਆ। ਰੱਬ ਦੇ ਨੇੜੇ ਨਹੀਂ ਐ। ਵੀ ਵੀ ਸਦੀ ਦਾ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਆਪਾਂ ਕਹਿੰਨੇ। ਅੱਜ ਕਿਤੇ ਮਹਿਤੇ ਜਾ ਕੇ ਵੇਖਿਓ ਕਿਹੜਾ ਸੋਨਾ ਲਾਇਆ ਉੱਥੇ ਕੁਝ ਨਹੀਂ ਲਾਇਆ ਕਿਹੜੀ ਬਿਲਡਿੰਗ ਬਣਾਈ ਕੋਈ ਨਹੀਂ ਬਣਾਈ ਹਾਲਾਂਕਿ ਜਿੰਨੀ ਉਹਨਾਂ ਦੀ ਚੜ੍ਹਾਈ ਸੀ ਭਾਵੇਂ ਕੁੰਟਲਾਂ ਦੇ ਕੁੰਟਲ ਸੋਨਾ ਇਕੱਠਾ ਕਰ ਲੈਂਦੇ ਕਿ ਨਹੀਂ ਜੀ ਸਿਰਫ ਇੱਕ ਕੰਮ ਕੀਤਾ ਜੀ ਜਥੇ ਦੇ ਸਿੰਘਾਂ ਨੂੰ ਪ੍ਰੋਬਲਮ ਆਉਂਦੀ ਹੈ ਵਾਸ਼ਰੂਮ ਬਣਾ ਦਿਓ ਠੀਕ ਆ ਬਣਾ ਦਿੰਨੇ ਆ ਇੱਕ ਇੱਟ ਨਹੀਂ ਉਸ ਸੰਤ ਨੇ ਲਾਈ ਕਿੱਡਾ ਤਿਆਗੀ ਸੀ ਇਹ ਡਬਰ ਆ ਗਈ ਸੀ ਤੇ ਐਵੇਂ ਥੋੜੀ ਫਿਰ ਸਰਕਾਰਾਂ ਇਹ ਲਦੀਆਂ ਇਸ ਕਮਾਈ ਨਾਲ ਲਦਦੀਆਂ ਨੇ ਉਹਨ ਬਸਾਖੀ ਵਾਲੇ ਦੇਣੀ 44 ਲਾਤੀ ਮੈਂ ਕਿਸੇ ਨੂੰ ਪੁੱਛਿਆ ਇਹ 44 ਕੀ ਹੁੰਦੀ ਆ ਇਹਦਾ ਪੰਜ ਬੰਦੇ ਨਹੀਂ ਇਕੱਠੇ ਹੋ ਸਕਦੇ ਮੈਂ ਕਿਹਾ ਵਿਸਾਖੀ ਤੇ ਉਹ ਵਿਸਾਖੀ ਤੇ ਤੇ ਪੰਜ ਚੁੜੇ ਸੀ ਉਹਦਣ ਪੰਜ ਨਹੀਂ ਇਕੱਠੇ ਹੋ ਸਕਦੇ ਕਿਹੜੀ ਗੱਲ ਕਰਦੇ ਹੋ ਗਲਤ ਫੈਸਲਾ ਜਿੰਨੇ ਵੀ ਕਰਾਇਆ ਹੈ ਜਾਣ ਬੁਝ ਕੇ ਕਰਾਇਆ ਹੋਊਗਾ ਜਿੰਨੇ ਵੀ ਕਰਾਇਆ ਹੈ ਸ਼ੈਤਾਨੀ ਨਾਲ ਕਰਾਇਆ ਹੋਊਗਾ ਜਾਂ ਹੋਰ ਕੋਈ ਅਜੰਡਾ ਹੋਊਗਾ ਜਿਹੜੇ ਨਹੀਂ ਚਾਹੁੰਦੇ ਵੀ ਸਿੱਖ ਅੰਮ੍ਰਿਤ ਛਕਣ ਉਹਨਾਂ ਦਾ ਅਜੰਡਾ ਹੋ ਸਕਦਾ ਬੰਦੇ ਅੱਗੇ ਹੋਰ ਕੋਈ ਹੋ ਸਕਦੇ ਨਹੀਂ ਤੇ ਪੰਜ ਪ੍ਰਵਾਨ ਜਿਹੜਾ ਸਵੇਰੇ ਪੜਦਾ ਵਾ ਪੰਜ ਪ੍ਰਵਾਨ ਪੰਜ ਪ੍ਰਧਾਨ ਉਹਨਾਂ ਦੇ ਗੁਰਦੁਆਰੇ ਤੂੰ ਹੀ ਕਹ ਪੰਜ ਵੀ ਨਹੀਂ ਇਕੱਠੇ ਹੋ ਸਕਦੇ ਤੇ ਤੁਸੀਂ ਨਾ ਗਲਤ ਜਗਾ ਹੱਥ ਪਾ ਲਿਆ ਵਾ ਸੱਪ ਦੀ ਖੋਡ ਵਿੱਚ ਤੇ ਸ਼ੇਰ ਦੇ ਘੁਰਨੇ ਸੁੱਤੇ ਸ਼ੇਰ ਨੂੰ ਜਗਾ ਕੇ ਅੱਜ ਤੱਕ ਕੋਈ ਜਿਉਂਦਾ ਵਾਪਸ ਨਹੀਂ ਮੁੜਦਾ ਸੋ ਏਡੀਆਂ ਏਡੀਆਂ ਕਮਾਈਆਂ ਦੇ ਮਾਲਕ ਇੱਕ ਵਿਸ਼ਵਾਸ ਪੈਦਾ ਹੁੰਦਾ ਸੱਚੀ ਪ੍ਰੀਤ ਪਿਆਰ ਇਹ ਜਿਹੜਾ ਰੱਬ ਦੀ ਪ੍ਰੀਤੀ ਆ ਨਾ ਇਹ ਸੱਚੀ ਆ ਬਾਕੀ ਸਭ ਕੁਝ ਐਵੇਂ ਭੁਲੇਖਾ ਹੈ ਸਦਾ ਹਰ ਕੀ ਗੁਣ ਰਵਾ ਭਾਈ ਗੁਰ ਕਾ ਹੇਤ ਅਪਾਰ ਇਸ ਕਰਕੇ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਓ ਗੁਣ ਜਪਦੇ ਰੋ ਰਵੇ ਉਚਾਰਦੇ ਰੋ ਭਾਈ ਇਨਾ ਪ੍ਰੇਮ ਕਰ ਗੁਰੂ ਦੇ